ਮੈਟਾਬੋਲਿਜ਼ਮ ਕੀ ਹੁੰਦਾ ਆ? ਜਦੋਂ ਸਾਡਾ ਫੂਡ ਜਿਹੜਾ ਆ ਉਹ એનર્ਜੀ ਦੇ ਵਿੱਚ ਕਨਵਰਟ ਹੁੰਦਾ ਸਾਡੀ ਬਾਡੀ ਦੇ ਵਿੱਚ। ਅਸੀਂ ਮਤਲਬ ਤੁਸੀਂ ਰੋਟੀ ਪਾਣੀ ਨਾ ਖਾਓ ਕੀ ਹੋਗਾ, ਥਕਾਵਟ ਹੋ ਜਾਏਗੀ। ਰੋਟੀ ਖਾਓ ਤੇ ਕੀ ਹੁੰਦਾ, એનર્ਜੀ ਆਉਂਦੀ ਹੈ ਨਾ, ਉਹ ਬੇਸਿਕਲੀ ਉਸ ਪ੍ਰੋਸੈਸ ਨੂੰ ਜਿਹੜਾ ਫੂਡ ਜਿਹੜਾ એનર્ਜੀ ਦੇ ਵਿੱਚ ਕਨਵਰਟ ਕਰਦਾ ਉਹਨੂੰ ਆਪਾਂ ਮੈਟਾਬੋਲਿਜ਼ਮ ਕਹਿੰਦੇ ਆ, ਠੀਕ ਹੈ। ਸੋ ਉਸ ਦੌਰਾਨ ਕੁਛ ਫ੍ਰੀ ਰੈਡੀਕਲਸ ਜਿਹੜੇ ਆ ਰਿਲੀਜ਼ ਹੁੰਦੇ ਆ। ਫ੍ਰੀ ਰੈਡੀਕਲ ਜਿਹੜੇ ਹਾਈਲੀ ਰਿਐਕਟਿਵ ਔਰ ਅਨਸਟੇਬਲ ਮੋਲੀਕਿਊਲਸ ਹੁੰਦੇ ਨੇ ਜਿਹੜੇ ਨੈਚੁਰਲੀ ਮੈਟਾਬੋਲਿਜ਼ਮ ਦੇ ਪ੍ਰੋਸੈਸ ਦੇ ਦੌਰਾਨ ਬਣਦੇ ਨੇ, ਠੀਕ ਹੈ। ਹੁਣ ਇਹ ਜਿਹੜੇ ਫ੍ਰੀ ਰੈਡੀਕਲਸ ਹੁੰਦੇ ਨੇ ਜਾਂ ਜਿਹੜੇ ਅਨਸਟੇਬਲ ਮੋਲੀਕਿਊਲਸ ਹੁੰਦੇ ਨੇ, ਠੀਕ ਹੈ, ਇਹ ਸਾਡੇ ਜਿਹੜੇ ਸੈਲਸ ਨੇ ਉਹਨਾਂ ਨੂੰ ਡੈਮੇਜ ਕਰ ਸਕਦੇ ਆ, ਸਾਨੂੰ ਜਲਦੀ ਬੁੱਢੇ ਕਰ ਸਕਦੇ ਆ। ਸੋ ਇਸੇ ਕਰਕੇ ਕਹਿੰਦੇ ਕਿ ਸਾਨੂੰ ਫਰੂਟਸ ਵਗੈਰਾ ਖਾਣੇ ਚਾਹੀਦੇ ਆ। ਜੇ ਤੁਸੀਂ ਵੀ ਜ਼ਿਆਦਾ ਦਿਨ ਲਈ ਜਵਾਨ ਰਹਿਣਾ ਚਾਹੁੰਦੇ, ਤੁਸੀਂ ਚਾਹੁੰਦੇ ਕਿ ਮੇਰੇ ਫੇਸ 'ਤੇ ਝੁਰੜੀਆਂ ਨਾ ਪੈਣ, ਤਾਂ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਅਤੇ ਫਲ ਫਰੂਟ ਖਾਣੇ ਚਾਹੀਦੇ, ਇਸੇ ਕਰਕੇ ਕਿਉਂਕਿ ਉਹ ਫ੍ਰੀ ਰੈਡੀਕਲਸ ਨੂੰ ਨਿਊਟਰਲਾਈਜ਼ ਕਰਦੇ ਨੇ। ਜਿਹੜੇ ਅਨਸਟੇਬਲ ਮੋਲੀਕਿਊਲਸ ਇੱਧਰ ਉੱਧਰ ਸਾਡੇ ਸੈਲਸ ਨੂੰ ਡੈਮੇਜ ਕਰਨ ਲਈ ਭੱਜਦੇ ਆ, ਉਹਨਾਂ ਨੂੰ ਥਾਂ ਕਰਕੇ ਕੰਟਰੋਲ ਕਰਦੇ ਆ ਵੀ ਠਹਿਰ ਜਾਓ ਤੁਸੀਂ, ਠੀਕ ਹੈ। ਸੋ ਇਸ ਕਰਕੇ ਸਾਡੀ ਲੰਬੀ ਉਮਰ ਦੇ ਵਿੱਚ ਵੀ ਇਹ ਹੈਲਪ ਕਰਦੇ ਆ ਫਰੂਟਸ ਐਂਡ ਵੈਜੀਟੇਬਲਸ ਖਾਣੇ।